ਪਟਿਆਲਾ ਦੀ ਸੁਨੰਦਾ ਸ਼ਰਮਾ ਨੇ ਦਿੱਲੀ ਵਿੱਚ ਕਰਵਾਈ ਗਈ ਮਿਸਿਸ ਇੰਡੀਆ ਅਰਥ ਪ੍ਰਤੀਯੋਗਿਤਾ ਦੌਰਾਨ ਪੰਜਾਬ ਦਾ ਮਾਨ ਅਤੇ ਸ਼੍ਰੀਮਤੀ ਟਾਈਮਲੈਸ ਬਿਊਟੀ ਦੇ ਦੋ ਸਨਮਾਨ ਹਾਸਲ ਕੀਤੇ ਨੇ। ਇਸ ਤੋਂ ਬਾਅਦ ਘਰ ਪਰਤਣ ਤੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੁਨੰਦਾ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਦੀ ਤਰਜਮਾਨੀ ਕੀਤੀ ਹੈ। ਉਹਨਾਂ ਕਿਹਾ ਕਿ ਕਾਫੀ ਸਖ਼ਤ ਮੁਕਾਬਲੇ ਤੋਂ ਬਾਅਦ ਉਹਨਾਂ ਨੇ ਇਹ ਸਨਮਾਨ ਹਾਸਲ ਕੀਤਾ ਹੈ।